ਸੋਚ ਬੱਚਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਸੀ ਕਰਨ ਜਾ ਰਿਹਾ ਜਮਾਤ 12ਵੀਂ ਲਾਜ਼ਮੀ ਪੰਜਾਬੀ ਦੀ ਕਹਾਣੀ ਕਰਜਾ ਆਪਣੇ ਜਿਹਦੇ ਲੇਖਕ ਹੈ ਗੁਲਜ਼ਾਰ ਸਿੰਘ ਸੰਧੂ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਜਾਣ ਲਾਂਗੇ ਲੇਖਕ ਬਾਰੇ ਸੋ ਗੁਲਜ਼ਾਰ ਸਿੰਘ ਸੰਧੂ ਦਾ ਜਨਮ ਮਾਤਾ ਸ਼੍ਰੀਮਤੀ ਗੁਰਚਰਨ ਕੌਰ ਤੇ ਪਿਤਾ ਜੀ ਸ਼੍ਰੀ ਹਰੀ ਸਿੰਘ ਦੇ ਘਰ 27 ਫਰਵਰੀ 1935 ਪਿੰਡ ਕੋਟਲਾ ਬਡਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਆਪ ਵਕ ਵਕ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ਤੇ ਰਹੇ ਇਸ ਤੋਂ ਬਿਨਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫੈਸਰ ਵੀ ਰਹੇ ਹਨ ਉਹ ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ દੈਨਿਕ ਅਖਬਾਰਾਂ ਦੇ ਸੰਪਾਦਕ ਵੀ ਰਹੇ ਉਹਨਾਂ ਦੇ ਕਹਾਣੀ ਸੰਗ੍ਰਹਿ ਅਮਰ ਕਥਾ ਨੂੰ ਸਾਹਿਤ ਕਾਗਨੀ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਉਹਨਾਂ ਨੂੰ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਤੇ ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਮਿਲਿਆ ਐਮ ਵੈਰੀ ਸੋਰੀ ਵਿੱਚ ਵੀਡੀਓ ਸਟਾਪ ਕਰਨੀ ਪਈ ਸੀ ਸੋ ਅੱਗੇ ਚੱਲਦੇ ਹਾਂ ਅਸੀਂ ਕਹਾਣੀ ਬਾਰੇ ਸੋ ਹੱਥਲੀ ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ਘਰ ਜਾ ਆਪਣੇ ਸ਼ਾਮਲ ਕੀਤੀ ਗਈ ਹੈ ਇਸ ਕਹਾਣੀ ਵਿੱਚ ਪੰਜਾਬੀਆਂ ਦੇ ਰੀਤੀ ਰਿਵਾਜ ਤੇ ਪੰਜਾਬ ਦੇ ਪਿੰਡੂ ਸੱਭਿਆਚਾਰ ਦਾ ਚਿੱਤਰਣ ਪੇਸ਼ ਕੀਤਾ ਗਿਆ ਹੈ ਉਸ ਸਮੇਂ ਦੇ ਵਿਆਹ ਦੇ ਮਾਹੌਲ ਤੇ ਆਪਸੀ ਰਿਸ਼ਤਿਆਂ ਨੂੰ ਇਹ ਕਹਾਣੀ ਉਜਾਗਰ ਕਰਦੀ ਹੈ ਵਿਆਹ ਨਾਲ ਸੰਬੰਧਿਤ ਰਸਮਾਂ ਤਿਆਰੀਆਂ ਤੇ ਪੈਂਟ ਭਰਾ ਦੇ ਪਿਆਰ ਤੇ ਮਾਨ ਮਰਿਆਦਾ ਨੂੰ ਬਹੁਤ ਸ਼ਿੱਦਤ ਨਾਲ ਇਹ ਕਹਾਣੀ ਬਿਆਨ ਕਰਦੀ ਹੈ ਹੁਣ ਅਸੀਂ ਆਜਾ ਨੇ ਮੇਨ ਗੱਲ ਦੇ ਜੋ ਕਿ ਇਹ ਸਾਡਾ ਕਹਾਣੀ ਦਾ ਸਾਰ ਸੋ ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਸਾਰੇ ਅੰਗ ਸਾਖ ਚਾਹੁੰਦੇ ਸਨ ਕਿ ਜਿੱਤੋ ਦੇ ਵੀਰੇ ਦਾ ਵਿਆਹ ਹੋਵੇ ਤਾਂ ਸਾਰੇ ਇਕੱਠੇ ਹੋਣ ਪਰੰਤੂ ਵਿਆਹ ਲਈ ਮੰਨਦਾ ਹੀ ਨਹੀਂ ਸੀ ਅਖੀਰ ਕਰਦਿਆਂ ਨੇ ਆਪਣਾ ਚਾਹ ਪੂਰਾ ਕਰਨ ਲਈ ਆਪਣੇ ਵੀਰੇ ਤੋਂ 8-10 ਸਾਲ ਛੋਟੀ ਜੀਤੋ ਦਾ ਹੀ ਵਿਆਹ ਕਰ ਦਿੱਤਾ ਉਹ ਇਸ ਸਮੇਂ 17ਵੇਂ ਸਾਲ ਵਿੱਚ ਸੀ ਹੌਲੀ-ਹੌਲੀ ਵਿਆਹ ਸਿਰ ਉੱਤੇ ਆ ਗਿਆ ਵਿਆਹ ਸੰਬੰਧੀ ਘਰ ਤੋਂ ਬਾਹਰ ਲਈ ਸਾਰੇ ਕੰਮਾਂ ਦਾ ਪ੍ਰਬੰਧ ਕਰਨ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਸੀ ਵਿਆਹ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਸੀ ਤੇ ਅਜੇ ਤੱਕ ਅਨੰਤ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਖਾਣੇ ਦੇ ਮੇਜ਼ ਕੁਰਸੀਆਂ ਤੇ ਫਲ ਫਰੂਟ ਕਰਾ ਕਰੀ ਅਤੇ ਬਰਾਤ ਲਈ ਬਿਸਤਰਿਆਂ ਦਾ ਜਿਹੜਾ ਕੰਮ ਸੀ ਉਸੇ ਉੱਤੇ ਪਿਆ ਸੀ ਸ਼ਾਮ ਵੇਲੇ ਨਾਨਕੇ ਨਾਨਕੀ ਚੱਕ ਲਈ ਆ ਗਏ ਤੇ ਭੂਆ ਵੀ ਪਹੁੰਚ ਗਈਆਂ ਸਰਦਾ ਬਣਦਾ ਕੰਨਿਆਦਾਨ ਲੈ ਕੇ ਹੋਰ ਰੰਗ ਸਾਖ ਵੀ ਪਹੁੰਚ ਗਏ ਜੀਤੋ ਆਪਣੀਆਂ ਸਹੇਲੀਆਂ ਬਚਪਨ ਤਿਰੰਜਨ ਤੇ ਝੂਟਿਆਂ ਪਿੰਗਾ ਸੰਬੰਧੀ ਸੋਚ ਕੇ ਉਦਾਸ ਹੋ ਗਈ ਦੂਜੇ ਦਿਨ ਜੀਤੋ ਨੂੰ ਸਵੇਰ 3 ਵਜੇ ਉਠਾ ਕੇ ਫੇਰਿਆਂ ਵਾਲਾ ਸੂਟ ਪਾ ਕੇ ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦ ਕੇ ਤੇ ਸਹੁਰਿਆਂ ਤੇ ਨਾਨਕਿਆਂ ਵੱਲੋਂ ਆਈ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ ਗਿਆ ਉਸ ਨੂੰ ਇਹ ਸੋਚ ਕੇ ਰੋਣਾ ਆ ਗਿਆ ਕਿ ਸਾਰੇ ਅੰਗ ਸਾਖ ਤੇ ਸਖੀਆਂ ਸਹੇਲੀਆਂ ਉਸ ਨੂੰ ਉਸ ਦੀ ਜਨਮ ਭੂਮ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੇ ਹਨ ਰੋਂਦੇ ਕੁਰਲਾਉਂਦੇ ਜੀਤੋ ਨੂੰ ਚੁੱਪ ਕਰਾ ਕੇ ਅਨੰਦ ਕਾਰਜ ਲਈ ਬਿਠਾ ਦਿੱਤਾ ਗਿਆ ਹੁਣ ਉਸ ਨੂੰ ਵਿਆਹ ਕੇ ਲਿਜਾਉਣ ਵਾਲਾ ਉਹਦੇ ਨਾਲ ਬੈਠਾ ਸੀ ਅਨੰਦ ਕਾਰਜ ਕਰਵਾਉਣ ਵਾਲਾ ਭਾਈ ਸਾਹਿਬ ਉਸ ਨੂੰ ਸੋਹਰੇ ਕਰ ਜਾ ਕੇ ਅਧੀਨ ਕੀ ਤੇ ਨਿਮਰਤਾ ਵਾਲਾ ਜੀਵਨ ਗੁਜ਼ਾਰਨ ਦੀ ਸਿੱਖਿਆ ਦੇ ਰਹਾ ਸੀ ਉਸ ਨੇ ਨਿਵਣਸ ਅਖਰ ਖਵਣੂ ਗੁਣ ਸੋ ਇਹਦੇ ਵਿੱਚ ਛਾਨੂੰ ਹੀ ਦਿੱਤਾ ਹੋਇਆ ਹੈ ਸੋ ਇਹ ਤੁਸੀਂ ਖੁਦ ਦੇਖ ਸਕਦੇ ਹੋ ਵਾਲੀਆਂ ਤੁਕਾਂ ਇੰਨੇ ਵਿਰਾਗ ਨਾਲ ਕਈਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਆ ਸਾਰੀਆਂ ਕੁਆਰੀਆਂ ਕੁੜੀਆਂ ਉਦਾਸ ਹੋ ਗਈਆਂ ਉਹਨਾਂ ਨੂੰ ਉਸ ਸਮੇਂ ਦੇ ਖਿਆਲ ਆਣ ਲੱਗੇ ਜਦੋਂ ਉਹਨਾਂ ਨੇ ਵੀ ਆਪਣੇ ਮਾਪਿਆਂ ਦਾ ਘਰ ਛੱਡ ਕੇ ਅਣਜਾਣ ਬੰਦੇ ਦੇ ਘਰ ਵਸਣਾ ਸੀ ਸੰਗੀਤ ਵਿੱਚ ਸੰਗਤ ਵਿੱਚ ਉਸ ਸਮੇਂ ਹੋਰ ਵਿਦਾਸੀ ਛਾ ਗਈ ਜਦੋਂ ਹਾਰਮੋਨੀਅਮ ਵਾਲੇ ਇੱਕ ਗਵਈਏ ਨੇ ਇੱਕ ਫਿਲਮੀ ਤਰਜ਼ ਉਤੇ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਬੜੇ ਦਰਦਮਈ ਸ਼ਬਦਾਂ ਨਾਲ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਸੌਰੇ ਕਰ ਬੈਠੀ ਮਾਪਿਆਂ ਤੇ ਵੀਰਾਂ ਨੂੰ ਮਿਲਣ ਲਈ ਤਾਂਗੇਗੀ ਬਨੇਰੇ ਤੋਂ ਕਾਂ ਉਡਾਵੇਗੀ ਪਰ ਉਹ ਨਹੀਂ ਬੋੜਣਗੇ ਗਵਈਏ ਦੇ ਇਹਨਾਂ ਬੋਲਾਂ ਨੇ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲਿਆ ਆਂਦੇ ਉਸ ਦੇ ਬੋਲਾਂ ਦਾ ਜੀਤੋ ਦੇ ਵੀਰ ਉੱਤੇ ਉਹ ਇੰਨਾ ਅਸਰ ਹੋਇਆ ਕਿ ਉਸਨੇ ਗਾਉਣ ਵਾਲੇ ਨੂੰ ਝਿੜਕਦੇ ਲੈ ਜੇ ਵਿੱਚ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ ਆਨੰਦਕਾਰਾ ਦੀ ਰਸਮ ਪੂਰੀ ਹੋ ਗਈ ਤੇ ਜੀਤੋ ਦੇ ਵੀਰ ਨੇ ਉਸ ਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਉਠਾ ਲਿਆ ਅਤੇ ਲਿਜਾ ਕੇ ਘਰ ਦੇ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ ਜੀਤੋ ਨੇ ਰੋ ਰੋ ਕੇ ਆਪਣੀਆਂ ਅੱਖਾਂ ਸੁਝਾ ਲਈਆਂ ਸਨ ਤੇ ਉਸ ਤੋਂ ਉਸ ਦਾ ਚੋਪ ਹੰਝੂਆਂ ਨਾਲ ਤਰ ਹੋਇਆ ਪਿਆ ਸੀ ਭਰਾਤਿਆਂ ਤੇ ਮੇਲਿਆਂ ਨੇ ਰੋਟੀ ਖਾਣ ਮਗਰੋਂ ਖੱਟ ਵਿਛਾ ਦਿੱਤੀ ਗਈ ਇਸ ਸਮੇਂ ਜਿੱਤੂ ਦੇ ਵੀਰ ਨੂੰ ਅੰਧਕਾਰਜ ਸਮੇਂ ਦੀ ਉਦਾਸੀ ਤੇ ਜਿੱਤੂ ਦੇ ਹੰਝੂ ਭੁੱਲ ਭੁਲਾ ਚੁੱਕੇ ਸਨ ਹੁਣ ਜਿੱਤੂ ਦੀ ਵਿਦਾਇਗੀ ਦੀ ਤਿਆਰੀ ਸ਼ੁਰੂ ਹੋਈ ਵਿਆਹਾਂ ਦੇ ਮੁੰਡੇ ਨੂੰ ਬੁਲਾ ਕੇ ਅੰਗਰਸਾਕਾਂ ਨੇ ਸਲਾਮੀਆਂ ਪਾਈਆਂ ਤੇ ਜਿੱਤੂ ਦੀ ਮਾਂ ਨੇ ਪਿਆਰ ਨਾਲ ਸ਼ਗਨ ਉਸ ਦੀ ਝੋਲੀ ਪਾਇਆ ਜਿੱਤੂ ਦੀਆਂ ਸਹੇਲੀਆਂ ਜੀਜੀ ਨੂੰ ਮਖੌਲ ਕਰ ਰਹੀਆਂ ਸਨ ਜਿੱਤੂ ਦੀ ਪੰਜਵੀਂ ਦੀ ਜਮਾਤਨ ਇੱਕ ਗੂੜੀ ਸੇਲੀ ਗਵਾਂਟੇ ਪਿੰਡ ਤੋਂ ਆਈ ਸੀ ਉਸਨੇ ਜੀਤੋ ਦੇ ਵੀਰ ਨੂੰ ਰੋਂਦਿਆਂ ਕਿਹਾ ਕਿ ਹਾਂ ਕਿ ਉਹ ਜੀਤੋ ਦੇ ਨਾਲ ਉਸਦੇ ਸਾਰੇ ਘਰ ਜਾਵੇ ਪਰ ਜੀਤੋ ਦੇ ਵੀਰ ਨੇ ਉਸ ਨੂੰ ਝੜਕ ਦਿੱਤਾ ਜੀਤੋ ਦਾ ਵੀਰ ਆਪਣੀ ਮਾਂ ਤੇ ਉਸ ਤੇ ਤਾਏ ਤੇ ਵੱਡੀ ਧੀ ਨੇ ਵੀ ਉਸ ਨੂੰ ਇਹੋ ਗੱਲ ਕਹੀ ਤਾਂ ਵੀ ਉਸ ਨੇ ਨਾ ਕਰ ਦਿੱਤੀ ਤੇ ਕਿਹਾ ਕਿ ਉਸ ਦਾ ਛੋਟਾ ਭਰਾ ਜੀਤੋ ਦੇ ਨਾਲ ਜਾਵੇਗਾ ਹੁਣ ਸਾਰੀ ਜੰਝ ਵਿਦਾ ਹੋਣ ਲਈ ਬੱਸ ਵਿੱਚ ਬੈਠ ਗਈ ਸੀ ਜੀਤੋ ਦਾ ਪ੍ਰੌਣਾ ਵੀਕਾਰ ਵਿੱਚ ਬੈਠਾ ਸੀ ਜਿੱਤੋ ਰੋਣਾ ਨਹੀਂ ਸੀ ਹਟ ਰਹੀ ਅਤੇ ਉਸ ਦੀਆਂ ਸਹੇਲੀਆਂ ਤੇ ਛੋਟੀਆਂ ਪੈਣਾ ਵੀ ਬੁਰੇ ਤਰ੍ਹਾਂ ਰੋ ਰਹੀਆਂ ਸਨ ਰੋਂਦੇ ਹੋਏ ਜਿੱਤੋ ਕਿਸੇ ਦੀ ਸਲਾਮੀ ਵੀ ਆਪਣੇ ਪੱਲੇ ਵਿੱਚ ਨਹੀਂ ਸੀ ਪਵਾ ਰਹੀ ਉਸ ਦਾ ਵੀਰ ਵੀ ਅਜੇ ਸਲਾਮੀ ਪਾਉਣ ਨਹੀਂ ਸੀ ਆਇਆ ਉਸ ਦਾ ਵਿਚਾਰ ਸੀ ਕਿ ਜਦੋਂ ਤੱਕ ਜਦੋਂ ਜਿੱਤੋ ਕਾਰ ਵਿੱਚ ਬੈਠ ਜਾਵੇਗੀ ਤਾਂ ਸਭ ਤੋਂ ਪਿੱਛੋਂ ਸਲਾਮੀ ਪਾ ਕੇ ਤੇ ਪਿਆਰ ਦੇ ਕੇ ਉਸ ਨੂੰ ਤੋੜ ਦੇਵੇਗਾ ਪਰ ਉਹ ਆਪਣੇ ਪਿਓ ਤਾਇਆ ਚਾਚਿਆਂ ਦੇ ਕਹਿਣ ਤੇ ਵੀ ਜੀਤੋ ਦੇ ਨਾਲ ਜਾਣ ਲਈ ਨਾ ਮੰਨਿਆ ਤੁਰਨ ਵਿੱਚ ਦੇਰ ਹੋ ਰਹੀ ਸੀ ਰਸਤਾ ਵੀ 30 ਮੀਲ ਲੰਮਾ ਤੇ ਖਰਾਬ ਸੀ ਸਾਢੇ 5 ਵਜੇ ਚੁੱਕੇ ਸਨ ਜੀਤੋ ਦੇ ਵੀਰ ਨੇ ਰੋਂਦੀ ਘੁਰਲਾਉਂਦੀ ਜੀਤੋ ਨੂੰ ਚੁੱਕਿਆ ਤੇ ਲਿਆ ਕੇ ਗੱਡੀ ਵਿੱਚ ਬਿਠਾ ਦਿੱਤਾ ਹੁਣ ਉਹ ਆਪਣੀ ਨਿੱਕੀ ਭੈਣ ਨੂੰ ਸਲਾਮੇ ਪਾਉਣ ਲਈ ਆਪਣਾ ਬਟੂਆ ਫੋਲਣ ਲੱਗਾ ਜਿਤਨਾ ਤੇ ਉਸ ਦੀਆਂ ਸਹੇਲੀਆਂ ਦੇ ਰੋਣ ਨੂੰ ਦੇਖ ਕੇ ਉਸ ਦਾ ਮਨ ਭਾਰਾ ਜਿਹਾ ਹੋ ਗਿਆ ਫਿਰ ਉਸ ਨੂੰ ਚੇਤਾ ਆਇਆ ਕਿ ਕਿਸ ਤਰ੍ਹਾਂ ਉਹ ਆਪ ਵਿਆਹ ਤੋਂ ਡਰ ਜਾਂਦਾ ਸੀ ਉਹ ਸੋਚਦਾ ਸੀ ਕਿ ਉਹ ਕਿਸੇ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈ ਜਿਸ ਨੂੰ ਨੇੜੇਉ ਨਹੀਂ ਸੀ ਜਾਣਦਾ ਕਿਸੇ ਅਣਜਾਣ ਮੁੰਡੇ ਨੂੰ ਆਪਣਾ ਘਰ ਬਣਾ ਸਕਣਾ ਕਿੰਨਾ ਔਖਾ ਹੈ ਹਾਲਾਂਕਿ ਉਸ ਦੀ ਪਤਨੀ ਨੇ ਉਸ ਦੇ ਸਹੁਰੇ ਘਰ ਆ ਕੇ ਭਾਰਤੀ ਮਰਿਆਦਾ ਦੇ ਅਨੁਸਾਰ ਉਸ ਦੇ ਦਾਸੀ ਬਣ ਕੇ ਰਹਿਣਾ ਸੀ ਹੁਣ ਉਸ ਤੋਂ 8-10 ਬਰੇ ਛੋਟੀ ਭੈਣ ਕਿਸੇ ਅਣਜਾਣ ਮੁੰਡੇ ਕੋਲ ਉਸ ਦੇ ਹੁਕਮ ਵਿੱਚ ਦਾਸੀ ਬਣ ਕੇ ਰਹਿਣ ਲਈ ਜਾ ਰਹੀ ਸੀ ਉਸ ਨੂੰ ਭਾਈ ਤੇ ਗਵਈਏ ਦੁਆਰਾ ਉਸੇ ਸਾਰੇ ਘਰ ਵਿੱਚਲੀ ਸਥਿਤੀ ਸੰਬੰਧੀ ਕਈ ਸ਼ਬਦ ਵੀ ਯਾਦ ਆ ਗਏ ਉਸਨੇ ਵੀ ਯਾਦ ਆਇਆ ਕਿ ਉਸਨੇ ਉਸ ਨੂੰ ਕਦੇ ਕਿਸੇ ਗੱਲ ਤੋਂ ਤੰਗ ਨਹੀਂ ਸੀ ਰੱਖਿਆ ਤੇ ਹੁਣ ਨੀਲੋਖੇੜੀ ਵਿੱਚ ਘਰਦਿਆਂ ਦੇ ਘਰਦਿਆਂ ਤੋਂ ਦੂਰ ਦੋਵੇਂ ਕਿੰਨੇ ਪਿਆਰ ਨਾਲ ਰਹਿ ਰਹੇ ਸਨ ਹੁਣ ਜੀਤਾ ਉਸ ਤੋਂ ਦੂਰ ਜਾ ਰਹੀ ਸੀ ਜਿੱਥੇ ਉਸ ਨੂੰ ਮਿਲਣ ਲਈ ਸ਼ਾਇਦ ਉਸਨੇ ਛੇਤੀ ਨਹੀਂ ਸੀ ਜਾ ਸਕਣਾ ਇਹਨਾਂ ਵਿਚਾਰਾਂ ਨਾਲ ਉਸ ਦਾ ਮਨ ਉਦਾਸ ਹੋ ਗਿਆ ਉਸਨੇ ਬਟੂਏ ਵਿੱਚੋਂ ਬਿਨਾਂ ਘਿਨੇ ਪੈਸੇ ਕੱਢੇ ਤੇ ਜੀਤੋ ਦੇ ਹੱਥ ਉੱਤੇ ਰੱਖ ਦਿੱਤੇ ਚੁੱਪ ਕੀਤੀ ਜੀਤੋ ਫਿਰ ਫਸੀ ਫਿਸ ਪਈ ਤੇ ਉਸਨੇ ਥੈਲੀ ਉੱਤੇ ਪਏ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਤੇ ਆਪਣੇ ਵੀਰ ਨੂੰ ਜੱਫੀ ਪਾ ਲਈ ਵੀਰ ਦਾ ਗੱਜ ਪਰ ਆਇਆ ਉਸਨੇ ਡਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕਰਦਿਆਂ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਲਿਆ ਤੇ ਆਪ ਉਸ ਨਾਲ ਬਹਿ ਗਿਆ ਇਸ ਸਮੇਂ ਉਹ ਆਪਣੇ ਪਿਓ ਦੇ ਕਹਿਣ ਉੱਤੇ ਸਬਜ਼ੀ ਨਾਲ ਖਰਾਬ ਹੋਏ ਆਪਣੇ ਕਪੜੇ ਵੀ ਬਦਲਣ ਲਈ ਤਿਆਰ ਨਾ ਹੋਇਆ ਤੇ ਉਹਨਾਂ ਕੱਪੜਿਆਂ ਦੇ ਨਾਲ ਹੀ ਜੀਤੋ ਨਾਲ ਚਲਾ ਗਿਆ। ਹੁਣ ਇਹਨਾਂ ਨੇ ਪੂਰੀ ਜਿਹੜੀ ਕਹਾਣੀ ਹੈ ਉਹਨੂੰ ਇੱਕ ਫਲੋ ਚਾਰਟ ਦੇ ਵਿੱਚ ਦਿੱਤੇ ਆ ਆਪੇ ਵੀ ਇੱਕ ਵਾਰ ਰੀਡ ਕਰ ਲੈਣਿਆ। ਜੀਤੋ ਦਾ ਵਿਆਹ, ਉਸ ਤੋਂ ਬਾਅਦ ਜੀਤੋ ਦੇ ਵੀਰ ਦੀ ਸਮੁੱਚੀ ਜ਼ਿੰਮੇਵਾਰੀ, ਉਸ ਤੋਂ ਬਾਅਦ ਜੀਤੋ ਦੇ ਫੇਰਿਆਂ ਲਈ ਤਿਆਰੀ, ਉਸ ਤੋਂ ਬਾਅਦ ਝੜਕ ਕੇ ਭਾਈ ਜੀ ਦਾ ਗਾਣਾ ਬੰਦ ਕਰਾਉਣਾ, ਉਸ ਤੋਂ ਬਾਅਦ ਸੌਰੀ ਘਰ ਦੀਆਂ ਜ਼ਿੰਮੇਵਾਰੀਆਂ ਤੇ ਮਾਪਿਆਂ ਨੂੰ ਮਿਲਣ ਦੀ ਤਾਂਗ, ਉਸ ਤੋਂ ਬਾਅਦ ਅਨੰਦ ਘਾਰਸਤੇ ਭਾਈ ਦੀ ਅਧੀਨਗੀ ਵਾਲੀ ਸਿੱਖਿਆ, ਉਸ ਤੋਂ ਬਾਅਦ ਜੀਤੋ ਦਾ ਰੋਣਾ ਤੇ ਵਿਦਾਇਗੀ ਉਸ ਤੋਂ ਬਾਅਦ ਜੀਤੋ ਦੇ ਵੀਰ ਦਾ ਨਾਲ ਜਾਣ ਤੋਂ ਇਨਕਾਰ ਉਸ ਤੋਂ ਬਾਅਦ ਜੀਤੋ ਨੂੰ ਸਲਾਮੀ ਪਾਉਣਾ ਉਸ ਤੋਂ ਬਾਅਦ ਜੀਤੋ ਦੇ ਵੀਰ ਦੁਆਰਾ ਜੀਤੋ ਦੀ ਮਾਨਸਿਕ ਹਰਤ ਸਮਝਣਾ ਉਸ ਤੋਂ ਬਾਅਦ ਉਦਾਸ ਹੋ ਕੇ ਜੀਤੋ ਦੇ ਨਾਲ ਜਾਣ ਲਈ ਤਿਆਰ ਹੋਣਾ ਸੋ ਇੱਥੇ ਜਿਹੜੀ ਸਾਡੀ ਸਟੋਰੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ